ਪਿਆਲੀ ਦਾ ਕਿੱਦਾਂ ਕਰਨਾ? ਪਿਆਲੀ ਤੈਨੂੰ ਪਤਾ ਰਹੀ ਕਿਹਨੂੰ ਨਹੀਂ ਬੜੀ ਠੇਕੇ ਠੁਕੇ ਦਾ ਕੋਈ ਨੀ, ਜੋ ਚੱਲਦਾ ਉਹ ਦੇਦੀ ਜਿੱਦਾਂ ਦੇਣ ਡਿਆ ਹੋਵੇ। ਮੇਰੀ ਗੱਲ ਸੁਣ, ਮੈਂ ਤੈਨੂੰ 60,000 ਰੁਪਇਆ ਦੇਣਾ, ਮੈਨੂੰ ਪੈਸੇ ਦੇ ਦੇ ਤੂੰ ਮੇਰੇ ਉਹਨੂੰ ਕੋਈ ਲਾੜਾ ਲਾ ਦੀ। ਸੋਚ ਕੇ ਦੱਸ ਦੇ ਖੁਰੀ। ਚਲੋ ਮੈਂ ਤੈਨੂੰ ਫੋਨ ਕਰਦਾ ਗਾ ਪੁੱਛ ਕੇ। ਠੀਕ ਹੋਰ ਕੀ ਘਰ ਪਰਿਵਾਰ? ਵਧੀਆ ਵਧੀਆ। ਚੱਲ ਠੀਕ ਆ, ਮੈਂ ਦੱਸ ਦਿੰਦਾ ਤੈਨੂੰ ਫੋਨ ਕਰਕੇ। ਹਾਂਜੀ ਵੀਰ ਜੀ, ਪਹੁੰਚ ਗਏ ਘਰੇ? ਹਾਂਜੀ ਹਾਂਜੀ, ਚਲ ਗਏ ਜੇ। ਫਿਰ ਮੈਂ ਕੰਮ ਹੀ ਆਏਗਾ ਯਾਰ, ਮੇਰਾ ਨਾ ਸਾਈਕਲ ਪੈਂਚਰ ਹੋ ਗਿਆ ਤੇ ਮੈਂ ਤੋਂ ਆਇਆ ਨਹੀਂ ਜਾਣਾ। ਘਰੇ ਹੀ ਆ? ਹਾਂ ਮੈਂ ਘਰੇ ਹੀ ਆ। ਚਲ ਮੈਂ ਆਉਣਾ ਘਰੇ। ਕਿਉਂ, ਕੋਈ ਕੰਮ ਕੰਮ ਆ? ਕੰਮ ਹੀ ਜ਼ਰੂਰੀ ਦਾ। ਚਲੋ ਕੋਈ ਨਾ, ਆ ਜਾਓ ਘਰੇ ਫਿਰ। ਚਲ ਮੈਂ ਆ ਜਾ ਜਾਈ ਨਾ ਘਰੇ। ਗਰਮੀ ਬੜੀ ਹੋ ਗਈ। ਮੈਂ ਤੈਨੂੰ ਆ ਕੇ ਮਿਲਦਾ ਇੱਥੇ। ਮੇਰਾ ਸਾਈਕਲ ਵੀ ਪੈਂਚਰ ਹੋ ਗਿਆ। ਆਹੋ ਚੱਲ ਆ ਪਾਣੀ ਪੁਣੀ। ਹਾਂਜੀ ਦੱਸੋ ਕਿੱਦਾਂ ਵੀਰ ਜੀ? ਹਾਂਜੀ ਕੋਈ ਪੈਂਟ ਕਰਨਾ ਕੋਈ ਯਾਰ ਯਾਰ ਕੀ ਨਾਮ ਦੇਣਾ ਪੈਂਟ ਦੀ ਗੱਲ ਨਹੀਂ। ਕਿਉਂ ਵੀਰ ਯਾਰ, ਮੇਰੇ ਕੋਲ ਅੱਜ ਬੰਦਾ ਆਇਆ ਘਰੇ, ਮੇਰੇ ਜਾਣ ਤੋਂ ਕੁਝ ਟਾਈਮ ਬਾਅਦ ਹੀ ਆਇਆ।
ਉਹ ਕਹਿਣ ਡਿਆ ਵੀ 40-60 ਹਜ਼ਾਰ ਨੂੰ ਮੈਂ ਲੈ ਲੈਂਦਾ ਯਾਰ 60 ਹਜ਼ਾਰ ਨੂੰ ਦਿੱਤੀ ਨਹੀਂ ਜਾਈ ਨਾਲੇ ਮੈਂ ਤੇਰੇ ਨਾਲ ਗੱਲ ਕਰਕੇ ਗਿਆ ਵਾਂ ਕੱਲ ਤੂੰ ਕੰਮ ਆਉਂਦਾ ਮੈਂ ਕਰ ਗਿਆ ਪਰ ਹੁਣ ਤੈਨੂੰ ਪਤਾ ਵੀ ਹੁਣ ਖਰਚੇ ਖੁਰਚੇ ਬੜੇ ਘਰ ਪਰਿਵਾਰ ਦੇ ਬਾਈ ਉਹ ਮੰਨਦੇ ਆ ਤੇ ਹੁਣ ਸਾਡੇ ਤੋਂ ਵੀ ਕੀ ਦੱਸ ਤੁਸੀਂ ਦੋ ਭਰਾ ਵਾ ਸਾਡਾ ਵੀ ਤੂੰ ਸੋਚ ਨਾ ਹੁਣ ਤੈਨੂੰ ਪਤਾ ਮੇਰਾ ਹੁਣ ਮੈਂ ਉਹਦੇ ਲਈ ਜਾਣਾ ਜੇ ਦਿਲ ਵਾਦਿਆ ਯਾਰ ਮੈਂ ਤੇ 55 ਤੱਕ ਦੇ ਸਕਦਾ ਵੱਧ ਤੋਂ ਵੱਧ ਹੋਰ ਸਾਡੇ ਤੋਂ ਦਿੱਤੇ ਜਾਣੇ ਕਿਉਂ ਦੀ ਨਹੀਂ ਨਹੀਂ ਉਹ 60 ਕਹਿਣ ਲੱਗ ਹੁੰਦਾ ਜੇ ਇਹਲਾ ਤਾਂ ਵੀ ਤੇਰੇ ਪੱਕੇ ਬੰਦੇ ਆ ਇੰਨਾ ਚਿਰ ਹੋ ਗਿਆ ਤਾਂ ਮੈਂ ਤੁਹਾਨੂੰ ਪਹਿਲਾਂ ਪੁੱਛਣ ਆਇਆ ਵੀ ਤੁਹਾਡਾ ਕੀ ਜਵਾਬ ਆ ਨਹੀਂ ਯਾਰ ਸਾਡੇ ਤੋਂ ਨਹੀਂ ਮੈਂ ਦਿੱਤੇ ਹਰ ਕੀ ਸੀਜ਼ਨ ਵਿੱਚ ਥੋੜਾ ਜਿਹਾ ਘੱਟ ਗਿਆ ਕਣਕ ਕੁਣਕ ਘੱਟ ਹੀ ਨਹੀਂ ਨਹੀਂ ਤੈਨੂੰ ਪਤਾ ਮੈਂ ਤਾਂ ਉਹਨੂੰ ਕਿਹਾ ਉਹ ਮੈਨੂੰ ਕਹਿ ਕੇ ਗਿਆ ਘਰੇ ਆਇਆ ਸੀ ਉਹਦੇ 60 ਹਜ਼ਾਰ ਨੂੰ ਦੇ ਦੇ ਮੈਂ ਚੱਲ ਮਰਜ਼ੀ ਆ ਤੇਰੀ ਜੇ ਤੇਰੀ 60 ਨੂੰ ਵੇਖਦੀ ਤਾਂ ਤੂੰ ਦੇ ਦੇ ਚੱਲ ਠੀਕ ਹੈ ਚਲੋ ਚੰਗਾ ਜਿਹੜਾ ਮਰਜ਼ੀ ਹੋਵੇ ਚੱਲ ਹੁਣ ਪਤਾ ਲੱਗ ਗਈ ਜਾਣਾ ਕਿੰਨੇ ਪਾਉਣੀ ਆ ਆਹੋ ਨਾਲੇ ਹੁਣ ਖੇਤੀ ਚ ਅੱਗੇ ਯਾਰ ਕਿਹੜਾ ਕੁਝ ਬਚਣ ਡਿਆ ਵਾ ਆਪਣੀ ਕਿਹੜੀ ਮਾਲਕੀ ਪੈਲੀ ਆ ਜਾਂ ਹੋਰ ਕੋਈ ਕੰਮ ਕੁੰਮ ਵੇਖ ਲੈਣੇ ਆ ਆਓਗੇ ਮਾੜੀ ਮੋਟੀ ਨੌਕਰੀ ਲੁਕਰੀ ਤੇ ਲੱਗ ਜਾਂਦੇ ਆ ਕੁਛ ਨਾ ਕੁਛ ਤੇ ਆਇਆ ਕਰੂਗਾ ਘਰ ਦਾ ਗੁਜ਼ਾਰਾ ਹੋ ਜੂਗਾ ਨਵੇਂ ਪੜ੍ਹ ਕੇ ਬਾਅਦ ਬਾਹਰ ਆਈ ਆਓ ਵੇਖ ਲੈਣੇ ਮੈਂ ਨਾ ਜਾ ਕੇ ਉਹਨੂੰ ਜੋ ਬੰਦੂ ਕਹਿੰਦਾ ਵੀ ਉਹਨਾਂ ਨਾ ਕਰਦੇ ਪਹਿਲੇ ਚੱਲ ਫਿਰ ਉਹਨਾਂ ਦੇ ਦੇ ਉਹ ਨਹੀਂ ਉਹ ਨਹਾਉਣ ਕਿੱਥੇ ਲੈਣੀ ਉਹਨਾਂ ਦੇ ਵਿਗੜ ਗਈ ਮੇਰੇ ਪੂਰਾ ਤੁਹਾਡੇ ਵਰਗੇ ਬੰਦੇ ਹੁੰਦੇ ਆ ਜਿਹੜੇ ਗਰੀਬਾਂ ਦਾ ਹੱਕ ਮਾਰ ਲੈਂਦੇ ਆ ਯਾਰ ਮੈਨੂੰ ਕੀ ਪਤਾ ਸੱਚੀ ਚੱਲ ਜਾਓ ਜਾ ਗਾ ਚੱਲ ਠੀਕ ਹੈ ਫਿਰ ਕੋਈ ਨਾ ਹੁਕਮ ਕਰੋ ਆ ਜਾਂਦੇ ਆ ਆਇਓ ਮੜਾ ਘਰੇ ਕੰਮ ਹੀ ਤਾਂ ਕੋਈ ਨਾ ਆ ਗਏ ਬਸ 10 ਮਿੰਟ ਚ ਛੇਤੀ ਆ ਪਤਾ ਨਹੀਂ ਪੁੱਛਦੇ ਜਾ ਗਏ ਆ ਬੈਠਾ ਆ ਗਿਆ ਸਨ ਕਮੈਂਟ ਬੁੱਕ ਪੈਲੀ ਕਿਦੋਂ ਲੈ ਲਈ ਸਾਨੂੰ 45 ਦੀ ਚੱਲ ਮੇਰੇ ਲਈ 45 ਦੀ ਰੱਖ ਲਾ ਕੋਈ ਗੱਲ ਨਹੀਂ ਵੀਰ ਅਸੀਂ ਹੁਣ ਰੱਖ ਲਈ ਜ਼ਬਾਨ ਵੀ ਕੋਈ ਚੀਜ਼ ਹੁੰਦੀ ਬੰਦੇ ਦੀ ਹੁਣ ਅਸੀਂ ਉਹਨੂੰ ਥੋੜੀ ਨਾ ਕਰ ਦੇਣੀ ਸਾਡੇ ਤੋਂ ਜਿੰਨੀ ਸਾਂਭੀ ਜਾਣੀ ਅਸੀਂ ਉਨੀ ਕੀ ਰੱਖਣੀ ਆ ਇਹ ਨੀ ਵੇਖਿਆ ਵੀ ਇੰਨੇ ਸਾਲ ਆਪਾਂ ਡੇ ਸਾਮਣ ਉਹ ਲਾਲਚ ਬੁਰੀ ਬਲਾ
ਉਹ ਇੰਨੇ ਸਾਲ ਦੀ ਆਪਣੀ ਨਿਭਣ ਡੀ ਆ ਤੇ ਤੂੰ ਹੁਣ ਪੈਸਿਆਂ ਦੇ ਲਾਲਚ ਨੂੰ ਪੈ ਗਿਆ। ਪੈਸਿਆਂ ਦੇ ਨਹੀਂ, ਮੈਂ ਤੇ ਕਿਹਾ ਵੀ ਚੱਲ ਪੈਸੇ ਵੱਧ ਆਉਣਗੇ ਚਾਰ ਯਾਰ, ਤੈਨੂੰ ਤੇ ਪੈਸੇ ਵੱਧ ਚਾਰ ਆ ਜਾਣਗੇ ਤੇ ਪਰ ਸਾਡਾ ਕੀ ਬਣਨਾ, ਕਣਕ ਉੱਥੇ ਸਾਰਾ ਬੜੀ ਡੁੱਬ ਜਾਂਦੀ ਆ। ਮੋਟਰ ਉਹ ਨਹੀਂ ਹੈਗੀ ਉਹ ਭਰਾ, ਹੁਣ ਤੇਰੀ ਮਰਜ਼ੀ, ਤੇਰੀ ਮਰਜ਼ੀ ਆ, ਅਸੀਂ ਚੱਲ ਫਿਰ ਚੱਲਦੇ ਆ। ਚੱਲ ਠੀਕ ਆ, ਚੰਗਾ ਫਿਰ ਹੁਣ ਫੋਨ ਕਰਨ ਦੇ ਜਾਣਾ। ਮੈਂ ਯਾਰ ਲੋਕਾਂ ਦਾ ਕੁਮਾਰਨ ਫਿਰ ਡਿਆ, ਰੱਬ ਨੇ ਮੇਰਾ ਯਾਰ ਕੁਮਾਰ ਲਿਆ। ਐਵੇਂ ਨਹੀਂ ਸਿਆਣੇ ਨੇ ਆਖਿਆ ਲਾਲਚ ਬੁਰੀ ਬਲਾ ਹੁੰਦੀ। ਚੱਲ